ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ। ਅੱਜ ਜੀ ਮੇਹਰ ਸਿੰਘ ਦਾ ਕੰਮ ਹੋ ਜਾਣਾ ਹੈ ਫਤਿਹ। ਚਲੋ ਜਦ ਫਤਿਹ ਕੰਮ ਹੁੰਦਾ ਹੁੰਦਾ ਫਿਰ ਅਸੀਂ ਜਾ ਕੇ ਉੱਥੇ ਡੇਰੇ ਲਾ ਲੈਂਦੇ ਹਾਂ ਪਾਰਟੀ ਸ਼ਾਲਟੀ ਵਾਸਤੇ। ਹੈਂ, ਸੋ ਫਤਿਹ ਕਿਹਨੇ ਕਰਨਾ, ਉਹਦਾ ਧੰਨਵਾਦ ਵੀ ਮੈਂ ਕਰ ਦਿੰਦਾ। ਉਹ ਖੜੇ ਜੀ ਕਾਲਾ ਸਿੰਘ ਮਸ਼ੀਨ ਜੀ ਸਾਰਿਆਂ ਨੂੰ, ਅਤੇ ਬਾਬਾ ਸਾਡਾ ਬਾਈ ਸਤਿ ਸ਼੍ਰੀ ਅਕਾਲ ਜੀ। ਅੱਛਾ, ਗੁਰਦੁਆਰੇ 'ਚ ਕਿਹਨੇ ਲਾਤੀਆਂ ਲੜੀਆਂ? ਵਧੀਆ ਹਸਵੀਰਾਂ ਨੇ ਲਾਈਆਂ, ਹਸਵੀਰਾਂ ਨੇ ਲਾਈਆਂ। ਮੈਨੂੰ ਪਤਾ ਲੱਗਿਆ ਲੱਗਾ ਇਹ ਲਾਤੀ। ਚਲੋ ਵਧੀਆ ਗੱਲ ਹੋ ਗਈ, ਇਹ ਵੀ ਚੰਗੀ ਗੱਲ ਹੋ ਗਈ। ਕਾਲਾ ਸਿਆਂ, ਤੇਰੀ ਇੰਟਰਵਿਊ ਲੈ ਛੱਡੀ ਅੱਜ? ਖੈਰਾ ਦੱਸੋ ਬਾਈ, ਨੇੜੇ ਆ ਕੇ ਗੱਲ ਕਰ ਫਿਰ ਮਾੜੀ ਜੀ। ਸੈੱਟ ਨਾ ਲਾਈ, ਗੱਲ ਸੁਣ ਲਾ। ਸੈੱਟ ਤਾਂ ਬੰਦੇ ਨੂੰ ਲਾਉਣਾ ਆਉਣਾ ਚਾਹੀਦਾ। ਮੈਂ ਕਹਿੰਦਾ ਮੇਰੇ 'ਤੇ ਲਾਓ ਜੀ ਨੇ ਸੈੱਟ ਲਾਉਣੇ, ਜੇ ਮੈਂ ਗਲਤ ਹੋਊਂਗਾ ਤਾਂ ਮੇਰੇ 'ਤੇ ਸੈੱਟ ਲੱਗੂਗਾ। ਜੇ ਮੈਂ ਗਲਤ ਨਹੀਂ ਸੈੱਟ ਕਿਵੇਂ ਲੱਗੂਗਾ? ਕਿੰਨੇ ਕਿੱਲੇ ਵਰਤੇ ਕਾਲੇ ਇਸ ਵਾਰ? ਸਾਰਾ ਹੀ ਖੰਡ ਪਾਰਟੀ ਦੇ ਗੱਲ ਪਾ ਦੇਣਾ। ਅੱਛਾ, ਸੇਮ ਜਗ੍ਹਾ ਤੇ? ਬਸ ਚੱਕ ਦੇ ਫਟਿਆ, ਥੋੜ੍ਹੀ ਜਿਹੀ ਕਸਰ ਰਹਿ ਗਈ, ਸਾਈਡ ਸਾਈਡ ਗਿਰੀ ਹੋਈ ਸੀ ਨਾ ਥੋੜ੍ਹੀ ਜਿਹੀ ਇੱਕ। ਜਿਹੜਾ ਕੰਮ ਨਿਬੜ ਜੇ ਨਾਲ ਦੀ ਨਾਲ ਚੰਗਾ ਹੀ ਹੁੰਦਾ। ਇਸ ਵਾਰ ਗਿਰ ਬਹੁਤ ਗਈ ਸੀ, ਬਹੁਤ ਵਧੀਆ ਵਢਾਈ ਕਰੀ ਹੈ ਬਈ ਇਹਨੇ ਤੇਰੀ। ਬਈਆਂ ਨੇ ਵੀ ਕਿਹਾ ਬਈਆ ਵੀ ਇਹਦੇ ਨਾਲ ਤਾਂ ਉੱਚੀ ਉਹ ਕਰੂੰਗੇ। ਉਹ ਮੇਰੀ ਗੱਲ ਸੁਣ, ਇੱਥੇ ਹੀ ਰੱਖਿਆ ਦੇ ਉੱਪਰ, ਆਹ ਉੱਪਰ ਰੱਖ, ਇਹਦੇ ਉੱਪਰ ਚੁਕਾ ਦੇਣਾ ਆਪਾਂ ਨੇ ਉਹਨੂੰ ਕਹਿ ਕੇ। ਇੱਕ ਕਿਹੜਾ ਲਾ ਦੇਣਾ ਉਹਨੇ, ਆਹਦੇ ਉੱਪਰ ਰੱਖ ਦੇ, ਬਸ ਚੁਕਵਾ ਦੇਣਾ ਆਪਾਂ ਨੇ ਕਹਿ ਕੇ ਉੱਥੇ। ਹਾਂ, ਮੈਂ ਪਾਲਾ
ਆਤਾ ਚੱਕ ਤੇ ਫਟੇ ਕਰਤਾ ਕੰਮ ਫਤੇ ਮੇਰਸੀ ਨੇ ਖੁਸ਼ ਹੋ ਕੇ ਭਾਈ ਇਹਦਾ ਕੰਮ ਨਿਬੜ ਗਿਆ ਅੱਜ ਹੈਂ ਤੇ ਪਿੰਨੀਆਂ ਦੀ ਪਾਰਟੀ ਕਰੀ ਅੱਜ ਪਿੰਨੀਆਂ ਦੀ ਪਾਰਟੀ ਕਰਤੀ ਰਤੋਂ ਵਾਲਾ ਕਹਿੰਦਾ ਭਾਈ ਨਰਿੰਦਰ ਸਿੰਘ ਰਤੋਂ ਹਾਜ਼ਰੀ ਵੀ ਆ ਗਈ ਇੱਕ ਬੰਦਾ ਵੇਲਾ ਵੀ ਕਰਤਾ ਹੈ ਨਹੀਂ ਰਾਤ ਤਾਂ ਇੱਕ ਵਾਰ ਪੂਛਾ ਚਕਾਤੀ ਨੀ ਜੇ ਕਹਿੰਦਾ ਚੜ ਕੇ ਆਇਆ ਤਾਂ ਰਾਤ ਕਣੀਆਂ ਹੀ ਆ ਗਈਆਂ ਤਾਂ ਹੀ ਉਸ ਨੀ ਪਈ ਅੱਜ ਹਾਂ ਉਸ ਤਾਂ ਹੀ ਪਈ ਤਾਂ ਅੱਜ ਉਸ ਨੀ ਦੇਗੀ ਲਾਣੇ ਤੇਰਾ ਪੂਰਾ ਵੀ ਹਾਂ ਇਹ ਤਾਂ ਗੱਲ ਹੈਗੀ ਲਿਆ ਵੀ ਪਿੰਨੀ ਪੁੰਨੀ ਖੜਾ ਦੋ ਯਾਰ ਮਿੱਠਾ ਘੱਟੇ ਪਾਇਆ ਵਾ ਮੇਰੇ ਤੇ ਨਹੀਂ ਘੱਟ ਰੱਖੋ ਮੈਂ ਘੱਟ ਲਾ ਆਹ ਪਿੰਨੀਆਂ ਪਾਈ ਮੇਰੇ ਸਿੰਘ ਦਾ ਬਹੁਤ ਬਹੁਤ ਧੰਨਵਾਦ ਖੋਏ ਵਾਲੀਆਂ ਪਿੰਨੀਆਂ ਹੈਂ ਮਾੜਾ ਵਧੀਆ ਪਿੰਡ ਹੈ ਨਾ ਪਿਛਲੀ ਵਾਰ ਤਾਂ ਕਾਲੇ ਨੇ ਤੈਨੂੰ ਬਹੁਤ ਤੰਗ ਕਰਿਆ ਤਾ ਭਾਈ ਪਤਾ ਨੀ ਕਿਆ ਦਿੱਕਤ ਸੀ ਜਦੇ ਬੰਦ ਕਰ ਲਿਆ ਕਰੇ ਭਾਈ ਰੋਟੀ ਇਹਨਾਂ ਬੰਦ ਕਰ ਲਿਆ ਕਰੇ ਮਸ਼ੀਨ ਨੂੰ ਫਿਰ ਮਾਰੀ ਜਾਓ ਝੂਟੇ ਪਾ ਪਰ ਪਤਾ ਨੀ ਕਿਆ ਦਿੱਕਤ ਸੀ ਬੈਟਰੀਆਂ ਖਰਾਬ ਹੋ ਗਈਆਂ ਨੀ ਮੈਂ ਕਿਹਾ ਬਈ ਇਹ ਲੈ ਇਹ ਜਾਣ ਪੁੱਛ ਕੇ ਤੰਗ ਕਰਦਾ ਏ ਉਹਨੂੰ ਮੁੰਦਰਾ ਇਹ ਤਾਂ ਗੱਲ ਹੈ ਆਓ ਜੀ ਸਾਰਾ ਕੰਮ ਨਿਬੜ ਗਿਆ ਤੇ ਹੁਣ ਨਹਾ ਲਿਆ ਧੋ ਲਿਆ ਘਰ ਆ ਕੇ ਵਾਪਸੀ ਤੇ ਹੁਣ ਚੱਲੇ ਹਾਂ ਜੀ ਰੋਪੜ ਨੂੰ ਸ਼੍ਰੀਮਤੀ ਜੀ ਕਹਿੰਦੀ ਤੁਹਾਡੀ ਭੈਣ ਜੀ ਸੁੱਖੋ ਵੀ ਰੋਪੜ 'ਤੇ ਕੁਛ ਥੋੜ੍ਹਾ ਬਹੁਤਾ ਸਮਾਨ ਲੈ ਕੇ ਆਉਣਾ ਹੈ ਅੱਜ ਉੱਥੇ ਦੀਆਂ ਕਿਹੋ ਜਿਹੀਆਂ ਰੌਣਕਾਂ ਹੋਊਗੀਆਂ ਉਹ ਤੁਸੀਂ ਦੇਖੋਗੇ ਸੁੱਖੋ ਭੈਣ ਜੀ ਵਾਲੇ ਚੈਨਲ 'ਤੇ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁੱਗਣੇ ਰਾਤ ਚੁੱਗਣੇ ਤਰੱਕੀਆਂ ਬਖਸ਼ੇ ਜੀ ਅਤੇ ਐਡਵਾਂਸ ਵਿੱਚ ਤੁਹਾਨੂੰ ਮੈਂ ਕੱਲ੍ਹ ਨੂੰ ਬੰਦੀ ਛੋੜ ਦਿਵਸ ਹੈ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀਆਂ ਭਰਿਆ ਇਹ ਤਿਉਹਾਰ ਸਾਰਿਆਂ ਦੇ ਘਰ ਰਹੇ ਠੀਕ ਹੈ ਜੀ ਗੱਲ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਜੀ।